ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਅੰਦਰ ਚੱਲ ਰਹੇ ਇਸ ਪ੍ਰਦਰਸ਼ਨ ਦੇ ਤਹਿਤ ਗੁਰਦਾਸਪੁਰ, ਮਲੋਟ, ਨਾਭਾ, ਪਠਾਨਕੋਟ ਤੋਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਵਿੱਚ ਕਾਂਗਰਸ ਵਰਕਰਾਂ ਦੇ ਨਾਲ ਨਾਲ ਕਾਂਗਰਸੀ ਵਿਧਾਇਕ ਵੀ ਸ਼ਾਮਿਲ ਹੋਏ ਤੇ ਉਹਨਾਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੋਦੀ ਦੇ ਪੁਤਲੇ ਵੀ ਫੂਕੇ। ਪੰਜਾਬ ਸਰਕਾਰ ਵੱਲੋਂ ਇਹ ਆਦੇਸ਼ ਸੀ ਕਿ ਜੋ ਮਹਿੰਗਾਈ ਆ ਬਹੁਤ ਜ਼ਿਆਦਾ ਹੋ ਗਈ ਆ, ਜੋ ਬੇਰੁਜ਼ਗਾਰੀ ਆ ਬਹੁਤ ਵੱਧ ਗਈ ਆ ਮੋਦੀ ਦੇ ਰਾਜ ਵਿੱਚ, ਉਹਦੇ ਸੰਬੰਧ ਵਿੱਚ ਅੱਜ ਸਾਰਾ ਇਹ ਪੰਜਾਬ ਪੂਰੇ ਵਿੱਚ ਅੱਜ ਪ੍ਰੋਟੈਸਟ ਕੀਤਾ ਵਾ, ਇਸ ਕਰਕੇ ਕਿਉਂਕਿ ਜਿੰਨੀ ਇਹੋ ਤਾਂ ਮਹਿੰਗਾਈ ਹੋ ਗਈ ਆ, ਗਰੀਬ ਦਾ ਜੀਣਾ ਬੜਾ ਔਖਾ ਹੋ ਗਿਆ, ਉਹਦੇ ਵਿੱਚ ਕਿਸਾਨ ਜਿਹੜਾ ਉਹ ਵੱਖ ਮੰਨ ਰਿਹਾ ਆ, ਗਰੀਬ ਵੱਖ ਮੰਨ ਰਿਹਾ ਆ, ਮਹਿੰਗਾਈ ਇੰਨੀ ਹੋ ਗਈ ਆ ਵੀ ਕੋਈ ਬੰਦਾ ਰਾਤ ਨੂੰ ਸੁੱਖ ਦੀ ਰੋਟੀ ਨਹੀਂ ਖਾ ਸਕਦਾ, ਇਸ ਕਰਕੇ ਉਹਦੇ ਸੰਬੰਧ 'ਚ ਸਾਰਾ ਕੇਸ ਕੀਤਾ ਕਿ ਜੇ ਇੰਨੀ ਮਹਿੰਗਾਈ ਕਰਨੀ ਆ ਅਤੇ ਬੇੜਾ ਗਰ ਕਰਨਾ ਵਾ ਹਿੰਦੁਸਤਾਨ ਦਾ, ਅਤੇ ਮੋਦੀ ਜੀ ਤੁਸੀਂ ਕਿਉਂ ਡਏ ਜੇ ਸਟੇਜਾਂ 'ਤੇ ਬੜਾ ਤਗੜੇ ਭਾਸ਼ਣ ਕਰਦੇ ਆ ਜੀ ਆਹ ਕਰ ਦਿਆਂਗਾ ਵੋ ਕਰ ਦਿਆਂਗਾ, ਲੇਕਿਨ ਤੁਹਾਡੇ ਸਾਹਮਣੇ ਆ ਅਜੇ ਤੱਕ ਉਹ ਕਿੱਸਾ ਕੁਛ ਦੱਸ ਦਿਓ ਉਹਨੇ ਕੀਤਾ, ਰੌਲੇ ਤੋਂ ਸਵਾ ਕੁਛ ਨਹੀਂ ਕੀਤਾ, ਸਿਰਫ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ। ਜੇ ਇੰਡਸਟਰੀਆਂ ਸਾਰੀਆਂ ਹਿੰਦੁਸਤਾਨ ਦੀਆਂ ਬੰਦ ਪਈਆਂ, ਕੋਈ ਉਹਦਾ ਕਈ ਇੰਡਸਟਰੀ ਕੋਈ ਨਹੀਂ ਚਾਲੂ, ਜਿੱਥੇ ਜਾ ਕੇ ਵੇਖ ਲਓ ਇੰਡਸਟਰੀਆਂ ਬੰਦ, ਜਿਹੜੇ ਨਿੱਜੀਕਰਨ ਵੱਡੇ ਜਿਹੜੀਆਂ ਕੰਪਨੀਆਂ ਜਿਹੜੀਆਂ ਇਹਨਾਂ ਦੇ ਪੈਸੇ ਦਿੰਦੀਆਂ ਸਰਮਾਇਆਦਾਰ ਆ ਉਹਨਾਂ ਕੋਲ ਕੰਮ ਰਹਿ ਗਿਆ, ਛੋਟੇ ਜਿਹੜੇ ਆਪਣੇ ਬਿਜ਼ਨਸਮੈਨ ਉਹ ਖਰੇ ਖਤਮ ਕਰਦੇ। ਪੰਜਾਬ 'ਚ ਕੋਈ ਨਹੀਂ, ਅਸੀਂ ਕਿਸਾਨਾਂ ਦਾ ਜੇ ਕੀਤਾ ਸੀ ਅਤੇ ਕਰਜ਼ਾ ਮਾਫ਼ ਕੀਤਾ, ਇਹਨਾਂ ਦੀ 10 ਸਾਲ ਸਰਕਾਰ ਰਹੀ ਆ ਬਾਦਲਾਂ ਦੀ, 1 ਰੁਪਈਆ ਦੱਸ ਦਿਓ ਉਹਨਾਂ ਮਾਫ਼ ਕੀਤਾ, ਅੱਜ ਬਹੁਤ ਰੌਲਾ ਪਾਉਂਦੇ ਆ। ਹੁਣੇ ਆਪਣੇ ਬੁਲਾਰਿਆਂ ਦੇ ਰਾਹੀਂ ਮੈਂ ਆਪ ਖੁਦ ਵੀ ਇਹ ਹੈ ਕਿ ਭਾਰਤ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਬੇਚੈਨੀ ਫੈਲੀ ਹੋਈ ਹੈ। ਮੋਦੀ ਜਿੱਦਾਂ ਦਾ ਸਾਡੇ ਦੇਸ਼ ਦੀ ਉਹਨੇ ਕਮਾਨ ਸੰਭਾਲੀ ਹੈ, ਉਸੇ ਦਿਨ ਤੋਂ ਹੀ ਦੇਸ਼ ਦੇ ਵਿੱਚ ਸਭ ਤੋਂ ਜਿਹੜੀ ਮਾੜੀ ਗੱਲ ਹੈ ਕਮਿਊਨਲਿਜ਼ਮ ਫੈਲਿਆ ਹੋਇਆ ਹੈ। ਔਰ ਮੋਦੀ ਜੇ ਲੋਕਾਂ ਨੂੰ ਬਲਬਲੇ ਦਿਖਾ ਕੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੀ ਉਹਨੇ ਸਰਕਾਰ ਬਣਾਈ ਹੈ ਉਹਨਾਂ ਦੇ ਉਹ ਨੇੜੇ ਤੇੜੇ ਵੀ ਨਹੀਂ। ਜੇ ਮੋਦੀ ਨੂੰ ਫਿਕਰ ਹੈ ਤਾਂ ਮੇਰੀ ਸਮਝ ਦੇ ਅਨੁਸਾਰ ਉਹਨੂੰ ਇੱਥੋਂ ਦੀ ਭਾਰਤ ਦੀ ਜਨਤਾ ਦਾ ਕੋਈ ਫਿਕਰ ਨਹੀਂ। ਉਹਨੇ ਜਿਸ ਦਿਨ ਤੋਂ ਉਹਨੇ ਆਇਆ ਤਾਂ ਉਹਨੇ ਇੱਕ ਵੱਖਰਾ ਏਜੰਡਾ ਬਣਾਇਆ, ਉਹ ਏਜੰਡਾ ਕੀ ਹੈ, ਉਹ ਲੋਕ ਹਿਤੈਸ਼ੀ ਏਜੰਡਾ ਨਹੀਂ, ਉਹ 4 ਕਾਰਪੋਰੇਟ ਘਰਾਣਿਆਂ ਨੂੰ ਪਾਲਣ ਦੇ ਲਈ ਦਿਨ ਰਾਤ ਉਹ ਤਤਪਰ ਹੋਇਆ ਵਾ, ਅਤੇ ਉਹ ਆਪਣੇ ਮਨਸੂਬਿਆਂ ਦੇ ਵਿੱਚ ਦਿਨ ਪ੍ਰਤੀ ਦਿਨ ਉਹਨਾਂ ਨੂੰ ਖੁਸ਼ਹਾਲ ਕਰੀ ਜਾ ਰਿਹਾ। ਔਰ ਜਿਹੜੀ ਆਮ ਜਨਤਾ ਹੈ, ਜਿਹੜਾ ਸਾਡਾ ਭਾਰਤ ਦਾ ਲੋਕਤੰਤਰ ਦਾ ਰੀੜ੍ਹ ਦੀ ਹੱਡੀ ਇੱਥੋਂ ਦੇ ਲੋਕ ਹੈ, ਉਹਨਾਂ ਨੂੰ ਇੱਕ ਚੱਕੀ ਦੇ ਪੁੜਾਂ ਦੀ ਤਰ੍ਹਾਂ ਪੀ ਰਿਹਾ। ਇਸ ਤੋਂ ਕਾਂਗਰਸ ਪਾਰਟੀ ਮਹਿਸੂਸ ਕਰਦੀ ਹੈ ਕਿ ਭਾਰਤ ਦੀ ਜਨਤਾ ਤੰਗ ਹੈ, ਅਸੀਂ ਮੋਦੀ ਦੇ ਕੰਨਾਂ ਤੱਕ ਆਵਾਜ਼ ਪਜਾਈਏ, ਉਹ ਆਪਣੇ ਮਨਸੂਬਿਆਂ ਦੇ ਬਾਰੇ ਸੋਚੇ ਔਰ ਜਨਤਾ ਦੀ ਗੱਲ ਕਰੇ, ਜਨਤਾ ਨੂੰ ਕੋਈ ਰਾਹਤ ਪਹੁੰਚਾਵੇ ਤਾਂ ਕਿ ਉਹ ਵੀ ਸੁੱਖ ਦਾ ਜੀਵਨ ਇਸ ਭਾਰਤ ਸਰਕਾਰ ਦੇ ਵਿੱਚ ਬਤੀਤ ਕਰ ਸਕਣ। ਇਹ ਪੂਰੇ ਪੰਜਾਬ 'ਚ ਨਹੀਂ, ਪੂਰੇ ਹਿੰਦੁਸਤਾਨ 'ਚ ਹੋ ਰਿਹਾ। ਜੋ ਮੋਦੀ ਸਾਹਿਬ ਦਾ ਹੰਕਾਰ ਹੈ, ਜੋ ਮੋਦੀ ਸਾਹਿਬ ਹੰਕਾਰ 'ਚ ਇਨਸਾਨੀਅਤ ਭੁੱਲ ਬੈਠੇ ਨੇ, ਔਰ ਇਹ ਵੀ ਭੁੱਲ ਚੁੱਕੇ ਨੇ ਗਰੀਬ ਵੀ ਇਸ ਦੇਸ਼ 'ਚ ਰਹਿੰਦੇ ਨੇ, ਇਹ ਵੀ ਭੁੱਲ ਚੁੱਕੇ ਨੇ ਕਿ ਗਰੀਬ ਕਿਸਾਨ ਵੀ ਇੱਥੇ ਰਹਿੰਦਾ, ਇਹ ਵੀ ਭੁੱਲ ਚੁੱਕੇ ਨੇ ਕਿ ਗਰੀਬ ਰੇਹੜੀਆਂ ਅਤੇ ਫੜੀਆਂ ਵਾਲੇ ਵੀ ਨੇ ਜਿਹੜੇ ਰੋਜ਼ੀ ਰੋਟੀ ਕਮਾਉਂਦੇ ਨੇ। ਪਹਿਲਾਂ GST ਲਾ ਕੇ ਗਰੀਬਾਂ 'ਤੇ ਹਮਲਾ ਬੋਲਿਆ, ਦੇਸ਼ ਦੇ 12-13 ਲੋਕ, ਅੰਡਾਨੀ, ਅੰਬਾਨੀ, ਅਦਾਨੀ, ਟਾਟਾ, ਬਾਟਾ, ਹੋਰ ਐਡੇ ਵੱਡੇ ਲੋਕ
ਜਿਨ੍ਹਾਂ ਨੂੰ ਤਕੜਾ ਕਰਨ ਵਾਸਤੇ ਗਰੀਬਾਂ ਨੂੰ ਮਾਰਿਆ, GST ਲਾ ਕੇ ਲੋਕਾਂ ਨੂੰ ਤਬਾਹ ਕਰ ਦਿੱਤਾ, ਨੋਟਬੰਦੀ ਲਾ ਕੇ ਤਬਾਹ ਕਰ ਦਿੱਤਾ ਗਰੀਬ ਕਿਸਾਨ ਨੂੰ ਅਤੇ ਗਰੀਬਾਂ ਨੂੰ, ਔਰ ਹੁਣ ਵੀ ਜੋ ਧੱਕੇਸ਼ਾਹੀ ਉਹਦੀ ਚੱਲ ਰਹੀ ਹੈ ਦੇਸ਼ ਦੇ ਲੋਕਾਂ ਨਾਲ, ਛੋਟੇ ਜੇ ਪਰਿਵਾਰਾਂ ਨੂੰ, ਜਿਹੜੇ 10-12 ਪਰਿਵਾਰ ਨੇ ਹਿੰਦੁਸਤਾਨ 'ਚ, ਨੂੰ ਤਕੜਾ ਕਰਨ ਵਾਸਤੇ ਮੋਦੀ ਸਾਹਿਬ ਤੋਲੇ ਹੋਏ ਨੇ ਕਿ ਸਾਰੇ ਹਿੰਦੁਸਤਾਨ ਨੂੰ ਗਹਿਣੇ ਰੱਖ ਕੇ ਵੀ ਉਹਨਾਂ ਨੂੰ ਸਾਰਾ ਕੁਝ ਤਕੜਾ ਕਰਨਾ ਚਾਹੁੰਦਾ। ਉਹਦੇ ਵਿਰੋਧ 'ਚ ਸੋਨੀਆ ਗਾਂਧੀ ਜੀ ਨੇ ਪੂਰੇ ਦੇਸ਼ 'ਚ ਕਾਂਗਰਸ ਵਰਕਰ ਨੂੰ ਬੇਨਤੀ ਕੀਤੀ ਹੈ ਕਿ ਇਹਦਾ ਵਿਰੋਧ ਕਰੀਏ, ਤਾਂ ਕਿ ਪਤਾ ਲੱਗੇ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਰਾਖੀ ਕੀਤੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ, ਆਜ਼ਾਦ ਹੋਣ ਤੋਂ ਬਾਅਦ ਜਦੋਂ ਕਿਸੇ ਦੇਸ਼ 'ਚ ਇੱਥੇ ਸੂਈ ਨਹੀਂ ਸੀ ਬਣਦੀ, ਇੱਥੇ ਐਟਮ ਸ਼ਕਤੀ ਤੱਕ ਕਾਂਗਰਸ ਪਾਰਟੀ ਦੇ ਰਾਜ ਨੇ ਲੈ ਕੇ ਆਉਂਦਾ। ਇਹ ਜਿਹੜੇ ਧਰਨੇ, ਜਿਹੜੀ ਮਹਿੰਗਾਈ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ, ਉਹਦੇ ਬਾਰੇ ਜੇ ਸਾਨੂੰ ਗਲੀਆਂ ਦੇ ਵਿੱਚ ਕਿਤੇ ਵੀ ਜਾਣਾ ਪਿਆ ਲੋਕਾਂ ਵਾਸਤੇ, ਅਸੀਂ ਮੋਦੀ ਸਰਕਾਰ ਦੇ ਉਹਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਭੰਡ ਕੇ ਉਹਨਾਂ ਦੇ ਵਾਅਦਿਆਂ ਨੂੰ, ਉਹਨਾਂ ਨੂੰ ਯਾਦ ਕਰਾ ਕੇ ਲਾਗੂ ਕਰਾਵਾਂਗੇ ਅਤੇ ਲੋਕਾਂ ਨੂੰ ਸੁਣ ਦੋ। ਇਹ ਸੈਂਟਰ ਗੌਰਮੈਂਟ ਨੇ ਇੱਕ ਪਾਲਿਸੀ ਬਣਾ ਲਈ ਹੈ ਕਿ ਜਿੱਥੇ ਉਹਨਾਂ ਦੀ ਗੌਰਮੈਂਟ ਨਹੀਂ, ਅੱਜ ਮਹਾਰਾਸ਼ਟਰ ਦੇ ਵਿੱਚ ਕੀ ਹੋ ਰਿਹਾ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ। ਅੱਜ ਜਿਹੜੀ ਸੈਂਟਰ ਗੌਰਮੈਂਟ GST ਨਹੀਂ ਭੇਜਦੀ, ਉਹ ਕਿਉਂ? ਕਿ ਜਿਹੜੀਆਂ ਇਹਨਾਂ ਦੇ ਖਿਲਾਫ ਜਿਹੜੀਆਂ ਕਾਂਗਰਸ ਗੌਰਮੈਂਟਾਂ ਬਣੀਆਂ ਨੇ, ਅੱਜ ਮੱਧ ਪ੍ਰਦੇਸ਼, ਕਰਨਾਟਕ 'ਚ ਕੀ ਕੀਤਾ, ਰਾਜਸਥਾਨ 'ਚ ਕੀ ਕਰ ਰਹੇ ਨੇ, ਇਹਨਾਂ ਦੀ ਹੀ ਸਾਰੀ ਇਹ ਸੂਝਬੂਝ ਨਾਲ, ਇਹ ਸ਼ਰਾਰਤ ਨਾਲ ਇਹ ਪੰਜਾਬ ਦੇ ਵਿੱਚ ਇਹਦਾ GST ਦਾ ਪੈਸਾ ਜਾਂ ਦੂਸਰਾ ਪੈਸਾ ਨਹੀਂ ਭੇਜਦੇ। ਉਹ ਨਹੀਂ ਭੇਜਣਗੇ ਤਾਂ ਲੋਕਾਂ ਨੂੰ ਸੱਚਾਈ ਸਾਨੂੰ ਦੱਸਣੀ ਪਏਗੀ ਕਿ ਕਸੂਰ ਪੰਜਾਬ ਗੌਰਮੈਂਟ ਦਾ ਨਹੀਂ, ਸੈਂਟਰ ਗੌਰਮੈਂਟ ਦਾ। ਕਿ ਜਿਹੜਾ ਪੰਜਾਬ ਗੌਰਮੈਂਟ ਇੱਥੇ ਨਾ ਹੋਣ ਕਰਕੇ, ਆਪਣਾ ਗੌਰਮੈਂਟ ਨਾ ਹੋਣ ਕਰਕੇ ਇਹ ਸਾਰਾ ਹੀ ਪਖੰਡ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।